ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਸਕਿਰਨਦੀਪ ਕੋਰ ਮੈਂਬਰ ਸਟੇਟ ਕੋਵਿਡ ਕੰਟਰੋਲ ਰੂਮ ਅੱਜ 130ਵੇਂ ਦਿਨ ਕਰੋਨਾ ਸੰਬੰਧੀ ਜਾਣਕਾਰੀ ਲੈ ਕੇ ਹਾਜ਼ਰ ਹੋਈ ਆਂ ਵਿਸ਼ਵ ਭਰ ਵਿੱਚ ਕਰੋਨਾ ਵਾਇਰਸ ਨੇ 1 ਕਰੋੜ 72 ਲੱਖ 13220 ਲੋਕਾਂ ਨੂੰ ਸੰਕਰਮਿਤ ਕੀਤਾ ਹੈ 6 ਲੱਖ 70907 ਲੋਕਾਂ ਦੀ ਮੌਤ ਹੋ ਚੁੱਕੀ ਹੈ 1 ਕਰੋੜ 726600 ਲੋਕ ਇਸ ਤੋਂ ਠੀਕ ਹੋ ਚੁੱਕੇ ਹਨ ਭਾਰਤ ਵਿੱਚ ਤਕਰੀਬਨ 1588000 ਪੋਜ਼ਿਟਿਵ ਕੇਸ ਹਨ ਭਾਰ ਸਰਕਾਰ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਅੰਕਿਤ ਭਾਰਤ ਵਿੱਚ ਅਜ ਤੱਕ ਇਸ ਬਿਮਾਰੀ ਨਾਲ ਇਸ ਸਮੇਂ 528242 ਵਿਅਕਤੀ ਐਕਟਿਵ ਕੇਸ ਹਨ 35000 ਵਿਅਕਤੀਆਂ ਨੇ ਆਪਣੀ ਜਾਨ ਇਸ ਬਿਮਾਰੀ ਨੂੰ ਗੁਆਈ ਹੈ 1022600 ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਵਾਧੇ ਫਲਾ ਨੂੰ ਰੋਕਣ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਇਸ ਸਬੰਧ ਵਿੱਚ ਹੁਣ ਤੱਕ 57276 ਲੈਬ ਸੈਂਪਲ ਲੈਬ ਵਿੱਚ ਭੇਜੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 15456 ਸੈਂਪਲ ਪੋਜ਼ਿਟਿਵ ਪਾਈ ਗਏ ਹਨ ਜੋ ਕਿ ਕੱਲ੍ਹ ਨਾਲੋਂ 511 ਵੱਧ ਹਨ 10509 ਲੋਕ ਡਿਸਚਾਰਜ ਹੋ ਚੁੱਕੇ ਹਨ ਤੇ 370 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਸਮੇਂ ਐਕਟਿਵ ਕੇਸ 4570 ਹਨ ਬਹੁਤ ਸਾਰੇ ਜ਼ਿਲ੍ਹੇ ਜਿਵੇਂ ਕਿ ਲੁਧਿਆਣਾ ਚ 143 ਜਲੰਧਰ ਚ 67 ਤੇ ਅੰਮ੍ਰਿਤਸਰ ਚ 69 ਕੇਸ ਪੋਜ਼ਿਟਿਵ ਹੁਣ ਤੱਕ ਹਨ ਪੰਜਾਬ ਸਰਕਾਰ ਵੱਲੋਂ ਮਾਈਕਰੋ ਕਨਟੇਨਮੈਂਟ ਅਤੇ ਕਨਟੇਨਮੈਂਟ ਜ਼ੋਨਾਂ ਦੀ ਹਰ ਰੋਜ਼ ਅਪਡੇਟ ਕੀਤੀ ਜਾ ਰਹੀ ਹੈ ਸੋ ਸਾਨੂੰ ਸਾਰਿਆਂ ਨੂੰ ਇਹਨਾਂ ਜ਼ੋਨਾਂ ਪ੍ਰਤੀ ਦਿਸ਼ਾ ਨਿਰਦੇਸ਼ ਦੀ ਇਨਬਿਨ ਪਾਲਣਾ ਕਰਦੇ ਹੋਏ ਸਰਕਾਰ ਨੂੰ ਕਰੋਨਾ ਦੇ ਵੱਧੇ ਫਲਾ ਨੂੰ ਰੋਕਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਕੋਵਿਡ-19 ਸੰਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਅਤੇ ਟੈਸਟਿੰਗ ਮਦੌਣ ਲਈ ਪੰਜਾਬ ਨੇ ਕਰੋਨਾ ਵਾਇਰਸ ਦੇ ਲੱਛਣਾਂ ਦਾ ਜਲਦੀ ਪਤਾ ਲਗਾਉਣ ਲਈ ਨਵੇਂ ਢੰਗ ਤਰੀਕਿਆਂ ਦੀ ਵਰਤੋਂ ਦੀ ਪਹਿਲ ਕੀਤੀ ਹੈ ਸੁਬ੍ਹਾ ਸਰਕਾਰ ਨੇ ਟੈਸਟਿੰਗ ਲਈ 15 ਹੋਟ ਰੂਨਟ ਮਸ਼ੀਨਾ ਖਰੀਦੀਆਂ ਹਨ ਜੋ ਮਰੀਜ਼ਾਂ ਦਾ ਜਲਦ ਪਤਾ ਲੱਗ ਸਕੇ ਟੈਸਟਿੰਗ ਕਰਕੇ ਉਹਨਾਂ ਨੂੰ ਕੁਆਰੰਟਾਈਨ ਕਰਕੇ ਕੋਵਿਡ-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ ਹੁਣ ਸਰਕਾਰੀ ਹਸਪਤਾਲਾਂ ਵਿੱਚ ਕੁੱਲ 30 ਮਸ਼ੀਨਾ ਕਾਰਜਸ਼ੀਲ ਹਨ ਇਹ ਮਸ਼ੀਨਾਂ ਸਾਰੇ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਉਪਲਬਧ ਹਨ ਇਹਨਾਂ ਦੀ ਰਿਪੋਰਟ ਸੈਂਪਲ ਲਗਾਉਣ ਤੋਂ 2 ਘੰਟੇ ਬਾਅਦ ਵਿੱਚ ਆ ਜਾਂਦੀ ਹੈ ਅਤੇ ਪੋਜ਼ਿਟਿਵ ਸੈਂਪਲ ਨੂੰ ਪੁਸ਼ਟੀ ਲਈ ਇਸੇ ਮਸ਼ੀਨ ਤੇ ਦੂਜੀ ਵਾਰ ਅਲੱਗ ਕਿੱਟ ਨਾਲ 2 ਘੰਟੇ ਬਾਅਦ ਰਿਪੋਰਟ ਪ੍ਰਾਪਤ ਕੀਤੀ ਜਾ ਸਕਦੀ ਹੈ ਐਮਰਜੈਂਸੀ ਵਿੱਚ ਆਏ ਮਰੀਜ਼ਾਂ ਲਈ ਇਹ ਮਸ਼ੀਨ ਬਹੁਤ ਮਦਦਗਾਰ ਹੋਏਗੀ ਪੰਜਾਬ ਸਰਕਾਰ ਨੇ ਰੱਖਿਆ ਬੰਧਨ ਦੇ ਤਿਹਾੜ ਦੇ ਮੱਦੇ ਨਜ਼ਰ ਪਹਿਲਾਂ ਹੀ ਜਾਰੀ ਅਨਲੌਕ 2 ਦਿਸ਼ਾ ਨਿਰਦੇਸ਼ਾਂ ਵਿੱਚ ਟਿਲ ਦਿੱਤੀ ਹੈ ਦੀ ਇਹ ਫੈਸਲਾ ਲਿਆ ਹੈ ਕਿ ਹਲਵਾਈ ਅਤੇ ਹੋਰ ਦੁਕਾਨਾਂ ਜੋ ਮਠਾਈਆਂ ਵੇਚਦੀਆਂ ਹਨ ਐਤਵਾਰ 2 ਅਗਸਤ ਨੂੰ ਖੁੱਲੀਆਂ ਰਹਿਣਗੀਆਂ ਇਹ ਸਿਰਫ ਐਤਵਾਰ 2 ਅਗਸਤ ਲਈ ਲਾਗੂ ਰਹੇਗਾ ਇੱਕ ਵਾਰ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਸਾਨੂੰ ਸਾਰੇ ਕੋਵਿਡ-19 ਰੋਕਥਾਮ ਉਪਾਅਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਵੇਂ ਕਿ ਸਾਫ਼ ਮਾਸਕ ਪਹਿਨਣਾ ਸਮਾਜਿਕ ਦੂਰੀਆਂ ਅਤੇ ਹੱਥਾਂ ਦੀ ਸਫਾਈ ਨੂੰ ਤਰਜੀਹ ਦੇਣਾ ਤੇ ਵੈਬਸਾਈਟ ਤੇ ਉੱਤੇ ਉਪਲਬਧ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀਆਂ ਐਡਵਾਈਜ਼ਰੀਆਂ ਦੀ ਪਾਲਣਾ ਕਰਨਾ ਤਾਜ਼ਾ ਜਾਣਕਾਰੀ ਲਈ ਕੋਵਾ ਐਪ ਡਾਊਨਲੋਡ ਕਰੋ ਜਾਗਰੂਕ ਰਹੋ ਸੁਰੱਖਿਅਤ ਰਹੋ ਤੰਮਹੁਤ